ਟਿੱਟਲੋ ਬਾਈ ਨੇ ਵੀ ਕਚੇਲਾ ਦੀ ਸਟੇਜ ਉੱਤੇ ਸਿੱਧੂ ਬਾਈ ਨੂੰ ਟ੍ਰਿਬਿਊਟ ਵੀ ਦਿੱਤਾ। ਹੁਣ ਤੁਸੀਂ ਇੱਥੇ ਅੰਦਾਜ਼ ਬਾਈ ਬਹੁਤ ਵਧੀਆ ਗੱਲ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਆਈ ਹੋਪ ਤੁਸੀਂ ਠੀਕ ਠਾਕ ਹੋਗੇ। ਆਪਾਂ ਜਿਹੜੀ ਰਿਐਕਸ਼ਨ ਵੀਡੀਓ ਲੈ ਕੇ ਆਏ ਆ ਉਹ ਬ੍ਰਦਰ ਓਜੀ ਬਾਈ ਨੇ ਇੱਕ ਨਿਊ ਵੀਡੀਓ ਪਾਈ ਆ ਆਪਣਾ। ਏ ਪੀ ਢਿੱਲੋ ਬਾਈ ਕੋਚੇਲਾ ਦੇ ਵਿੱਚ ਗਿਆ ਸੀ ਅਤੇ ਉਹ ਤੋਂ ਬਾਅਦ 'ਚ ਪਹਿਲੋਂ ਦਿਲਜੀਤ ਦੁਸਾਂਝ ਬਾਈ ਗਿਆ ਸੀ, ਐਰਕੀ ਦੀ ਆਪਣਾ ਏ ਪੀ ਢਿੱਲੋ ਬਾਈ ਗਿਆ, ਉਸਦੇ ਪ੍ਰਤੀ ਓਜੀ ਬ੍ਰਦਰ ਬਾਈ ਨੇ ਵੀਡੀਓ ਪਾਈ ਆ, ਉਹ ਦੇਖਣਾ ਕਰਦੇ ਹਾਂ ਵੀਡੀਓ। ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਬਾਕੀ ਤੁਸੀਂ ਕੀ ਸੋਚਦੇ ਹੋ, ਤੁਹਾਡੀ ਕੀ ਵਿਚਾਰ ਹੈ ਜ਼ਰੂਰ ਦੱਸੋ ਕਮੈਂਟ ਕਰਕੇ, ਕਿਉਂਕਿ ਐਰਕੀ ਦੀ ਕਹਿੰਦੇ ਟ੍ਰਿਬਿਊਟ ਵੀ ਦਿੱਤਾ ਵਾ ਸਿੱਧੂ ਮੂਸੇਵਾਲੇ ਬਾਈ ਨੂੰ ਕੋਚੇਲਾ ਦੇ ਵਿੱਚ ਆਪਣੇ ਏ ਪੀ ਢਿੱਲੋ ਬਾਈ ਵੱਲੋਂ। ਅਤੇ ਆਓ ਬਾਕੀ ਗੱਲ ਆਪਾਂ ਬਾਅਦ 'ਚ ਕਰਾਂਗੇ, ਪਹਿਲਾਂ ਦੇਖਾਂਗੇ ਵੀਡੀਓ। In 2023, Diljit was the first Punjabi artist who performed at Coachella. Punjabi aa gaya Coachella. Ye ta history ch likhya gaya, hun Punjabi aa gaya, hun chhe nahi jande itthe. 2023 de vich hi Diljit ne sab nu dassta si ki Punjabi music da level kitthon tak chala gaya. Coachella di stage te perform karan to baad Diljit de naam nal always ek legacy jud gayi si ki Diljit pehla Punjabi artist aa jo goriyan de edde vadde music festival Coachella de vich perform karke aaya. And same is saal 2024 de vich AP Dhillo becomes a second Punjabi artist who perform at Coachella. ਰੀਸੈਂਟਲੀ ਹੋਏ ਕੋਚੇਲਾ ਫੈਸਟੀਵਲ ਦੇ ਵਿੱਚ ਏ ਪੀ ਢਿੱਲੋਂ ਅਤੇ ਸ਼ਿੰਦਾ ਕਾਲੋਂ ਖੁੱਤੀ ਪਾ ਕੇ ਆਇਆ ਜੀ ਕੋਚੇਲਾ ਦੀ ਸਟੇਜ ਦੇ ਉੱਤੇ। ਸੋ ਨੋ ਡਾਊਟ ਜੇ ਸਿੱਧੂ ਅੱਜ ਜਿਉਂਦਾ ਹੁੰਦਾ ਤਾਂ ਇਸ ਸਾਲ ਜਾਂ ਪਿਛਲੇ ਸਾਲ ਹੀ ਸਿੱਧੂ ਬਾਈ ਨੂੰ ਉੱਥੇ ਪਰਫੋਰਮ ਕਰ ਦੇਣਾ ਸੀ, ਬਟ ਏ ਪੀ ਢਿੱਲੋਂ ਬਾਈ ਨੇ ਵੀ ਕੋਚੇਲਾ ਦੀ ਸਟੇਜ ਦੇ ਉੱਤੇ ਸਿੱਧੂ ਬਾਈ ਨੂੰ ਟ੍ਰਿਬਿਊਟ ਵੀ ਦਿੱਤਾ। ਹੁਣ ਤੁਸੀਂ ਇੱਥੇ ਹੀ ਅੰਦਾਜ਼ ਬਾਈ ਬਹੁਤ ਵਧੀਆ ਗੱਲ, ਇਸ ਸਟੇਜ 'ਤੇ ਜਾ ਕੇ ਇਹ ਗੱਲ ਲਿਖਣੀ ਜਸਟਿਸ ਫੋਰ ਸਿੱਧੂ ਮੂਸੇਵਾਲਾ ਬਹੁਤ ਵੱਡੀ ਗੱਲ ਹੈ। ਇੱਥੇ ਮੈਂ ਇਹ ਨਹੀਂ ਕਹੂੰਗਾ ਬਾਈ ਨੇ ਸੰਪੱਤੀ ਲੈਣ ਲਈ ਜਾਂ ਇਹਨੂੰ ਕੰਟਰੋਵਰਸੀ ਚੀਜ਼ ਨਹੀਂ ਮੈਂ ਬਣਾਊਂਗਾ। ਇਹ ਚੀਜ਼ ਮੈਨੂੰ ਵੇਖ ਕੇ ਵਧੀਆ ਲੱਗਾ ਕਿ ਇੰਨੇ ਤਗੜੀ ਸਟੇਜ 'ਤੇ ਜਾ ਕੇ ਬਾਈ ਨੂੰ ਜਸਟਿਸ ਦੀ ਗੱਲ ਕਰਨੀ, ਜਸਟਿਸ ਦੀ ਮੰਗ ਕਰਨੀ ਬਹੁਤ ਤਗੜੀ ਗੱਲ ਹੈ, ਬਹੁਤ ਵਧੀਆ ਲੱਗਾ ਮੈਨੂੰ ਇਹ ਚੀਜ਼ ਦੇਖ ਕੇ, ਮੈਨੂੰ ਬਹੁਤ ਵਧੀਆ ਲੱਗਾ। ਜਾ ਲਾ ਲਓ ਕਿ ਪੰਜਾਬੀ ਮਿਊਜ਼ਿਕ ਸੀਨ ਕਿੱਥੇ ਚਲਿਆ ਗਿਆ, ਕਦੇ ਕੋਈ ਪੰਜਾਬੀ ਆਰਟਿਸਟ ਕੋਚੇਲਾ ਵਰਗੇ ਵੱਡੇ ਫੈਸਟੀਵਲ ਦੇ ਉੱਤੇ ਪਰਫੋਰਮ ਕਰ ਰਿਹਾ, ਕਦੇ ਕੋਈ ਪੰਜਾਬੀ ਆਰਟਿਸਟ ਗੋਰਿਆਂ ਦੇ ਵੱਡੇ ਅਵਾਰਡ ਸ਼ੋਅ ਦੇ ਉੱਤੇ ਅਵਾਰਡ ਜਿੱਤ ਰਿਹਾ। ਸੋ ਇਹ ਚੀਜ਼ਾਂ ਦੇਖ ਕੇ ਕਾਫੀ ਗੋਰਿਆਂ ਨੂੰ ਮਿਰਚਾਂ ਵੀ ਲੜਦੀਆਂ ਕਿ ਇਹ ਦੇਸੀ ਸਾਡੇ ਅਵਾਰਡ ਸ਼ੋਆਂ 'ਤੇ ਕਿਉਂ ਪਰਫੋਰਮ ਕਰ ਰਹੇ ਆ, ਇਹ ਦੇਸੀ ਸਾਡੇ ਅਵਾਰਡ ਸ਼ੋਅ ਦੇ ਉੱਤੇ ਆ ਕੇ ਅਵਾਰਡ ਜਿੱਤ ਰਿਹਾ, ਦੇਸੀ ਸਾਡੇ ਵੱਡੇ ਵੱਡੇ ਫੈਸਟੀਵਲਾਂ ਦੇ ਉੱਤੇ ਆ ਕੇ ਪਰਫੋਰਮ ਕਰ ਰਿਹਾ। ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਪੰਜਾਬੀ ਮਿਊਜ਼ਿਕ ਇਕੱਲੇ ਇੰਡੀਆ ਦਾ ਨਹੀਂ ਬਲਕਿ ਵਰਲਡ ਦਾ ਬਿਗੈਸਟ ਮਿਊਜ਼ਿਕ ਸੀਨ ਬਣ ਚੁੱਕਿਆ। ਐਂਡ ਕੋਚੇਲਾ ਵਰਗੇ ਸ਼ੋਆਂ 'ਤੇ ਹੁਣ ਆਪਾਂ ਨੂੰ ਬੈਕ ਟੂ ਬੈਕ ਪੰਜਾਬੀ ਆਰਟਿਸਟ ਪਰਫੋਰਮ ਕਰਦੇ ਦਿਖਾਈ ਦੇਣਗੇ ਹੀ ਦੇਣਗੇ। ਹੁਣ ਨੈਕਸਟ ਈਅਰ 2025 ਦੇ ਵਿੱਚ ਦੇਖਦੇ ਹਾਂ ਕਿਹੜਾ ਆਰਟਿਸਟ ਕੋਚੇਲਾ ਦੀ ਸਟੇਜ 'ਤੇ ਖੁੱਤੀ ਪਾ ਕੇ ਆਉਂਦਾ। ਮੈਨੂੰ ਪਰਸਨਲੀ ਲੱਗਦਾ ਹੈ ਕਰਨ ਔਜਲਾ ਜਾਂ ਸ਼ੁਭ ਇਹਨਾਂ ਦੋਨਾਂ ਆਰਟਿਸਟਾਂ ਵਿੱਚੋਂ ਕੋਈ ਆਰਟਿਸਟ ਹੋਊਗਾ। ਬਾਈ ਨੇ ਸੇਵ ਗੱਲ ਕਹੀ, ਮੈਨੂੰ ਇਹੀ ਲੱਗਦੇ ਆ ਕਰਨ ਔਜਲਾ ਬਾਈ, ਜ਼ਿਆਦਾਤਰ ਮੈਨੂੰ ਇਹ ਆ ਕਿ ਕਰਨ ਔਜਲਾ ਅਤੇ ਸ਼ੁਭ ਬਾਈ ਵੀ ਪਿੱਛੇ ਨਹੀਂ, ਬਾਈ ਸ਼ੁਭ ਬਾਈ ਵੀ ਜਾ ਸਕਦਾ। ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਕੀ ਲੱਗਦਾ ਕਿਹੜਾ ਨੈਕਸਟ ਪੰਜਾਬੀ ਆਰਟਿਸਟ ਆ ਜਿਹੜਾ ਕੋਚੇਲਾ ਦੀ ਸਟੇਜ 'ਤੇ ਖੁੱਤੀ ਪਾ ਕੇ ਆਊਗਾ। ਐਡੀਟਿੰਗ ਘੈਂਟ ਕਰਦਾ ਬੰਦਾ। ਘੈਂਟ ਯਾਰ, ਬਹੁਤ ਘੈਂਟ। ਮੈਨੂੰ ਯਾਰ ਸਭ ਤੋਂ ਵਧੀਆ ਗੱਲ ਲੱਗੀ ਜਿਹੜਾ ਐਡੀ ਤਗੜੀ ਸਟੇਜ 'ਤੇ ਜਾ ਕੇ ਸਿੱਧੂ ਬਾਈ ਬਾਰੇ ਜਸਟਿਸ ਦੀ ਗੱਲ ਕਰਨੀ, ਬਹੁਤ ਵੱਡੀ ਗੱਲ ਆ। ਬਾਕੀ ਤੁਸੀਂ ਦੱਸਿਓ ਤੁਸੀਂ ਕੀ ਸੋਚਦੇ ਜੋ, ਤੁਹਾਡੇ ਕੀ ਵਿਚਾਰ ਆ ਜ਼ਰੂਰ ਕਮੈਂਟ ਕਰਕੇ ਦੱਸਿਓ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਮਿਲਦੇ ਹਾਂ ਜਲਦੀ ਨੈਕਸਟ ਵੀਡੀਓ 'ਚ। ਸਤਿ ਸ਼੍ਰੀ ਅਕਾਲ।